ਫਿਰੋਜ਼ਪੁਰ ਤੋਂ ਲੁਧਿਆਣਾ ਜਾਣ ਵਾਲੀ ਪੈਸੇਂਜਰ ਟ੍ਰੇਨ ਨੰਬਰ 74964 ਜੋ ਕਿ ਫਿਰੋਜ਼ਪੁਰ ਤੋਂ ਲੁਧਿਆਣਾ ਜਾ ਰਹੀ ਸੀ ਜਿਸ ਦੇ ਥੱਲੇ ਆਵਾਰਾ ਪਸ਼ੂ ਆ ਜਾਣ ਕਾਰਨ ਉਸ ਦੇ ਡੱਬੇ ਦੇ ਦੋ ਚੱਕੇ ਪਟੜੀ ਤੋਂ ਥੱਲੇ ਉਤਰ ਗਏ ਪਰ ਡਰਾਈਵਰ ਦੀ ਸੂਝਬੂਝ ਨੇ ਵੱਡਾ ਹਾਦਸਾ ਹੋਣੋਂ ਬਚਾ ਲਿਆ। ਫਿਲਹਾਲ ਟ੍ਰੇਨ ਦੇ ਨੁਕਸਾਨ ਬਾਰੇ ਅਜੇ ਤੱਕ ਕੁਝ ਵੀ ਦੱਸਿਆ ਨਹੀਂ ਜਾ ਸਕਦਾ। ਫਿਰੋਜ਼ਪੁਰ ਤੋਂ ਲੁਧਿਆਣਾ ਜਾਣ ਵਾਲੀਆਂ 3 ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਦੂਜੇ ਪਾਸੇ ਗੱਡੀਆਂ ਵਿੱਚ ਬੈਠੀਆਂ ਸਵਾਰੀਆਂ ਵੱਖ-ਵੱਖ ਸਾਧਨਾਂ ਜ਼ਰੀਏ ਆਪਣੀ ਮੰਜ਼ਿਲ ਤੇ ਪਹੁੰਚ ਰਹੀਆਂ ਨੇ। ਕੀ ਨਾਮ ਹੈ ਜੀ ਆਪਣਾ? ਐਸ ਆਰ ਮੀਨਾ। ਮੀਨਾ ਜੀ, ਕੌਣ ਸੀ ਟ੍ਰੇਨ ਸੀ ਔਰ ਕਹਾਂ ਸੇ ਆ ਰਹੀ ਸੀ, ਕੈਸੇ ਹੁਆ ਇਹ ਡੀਲੇ? ਇਹ ਫਿਰੋਜ਼ਪੁਰ ਸਾਹਿਬ ਲੁਧਿਆਣਾ ਜਾਣੇ ਵਾਲੀ ਸੀ। ਪੈਸੇਂਜਰ ਟ੍ਰੇਨ ਸੀ? ਹਾਂ, ਪੈਸੇਂਜਰ ਟ੍ਰੇਨ ਸੀ। ਕਹਾਂ ਸੇ ਆ ਰਹੀ ਸੀ? ਲੁਧਿਆਣਾ ਸੇ? ਨਹੀਂ, ਫਿਰੋਜ਼ਪੁਰ ਸੇ ਆ ਰਹੀ ਸੀ ਆਪਣੇ ਔਰ ਲੁਧਿਆਣਾ ਜਾ ਰਹੀ ਸੀ। ਗਾੜੀ ਦਾ ਨਾਮ 74964 ਡਾਊਨ। ਤੋ ਕੈਸੇ ਇਹ ਡੀਲੇ ਕੈਸੀ ਹੈ? ਡੀਲੇ ਆਪਣੇ ਇਹ ਡੱਠਾ ਆਨੇ ਕੀ ਵਜ੍ਹਾ ਸੇ ਹੋਈ ਨਾ, ਜਾਨਵਰ ਆ ਗਏ ਆ ਕੇ? ਹਾਂ ਜੀ, ਹਾਂ ਜੀ। ਅੱਛਾ, ਤੋ ਕੋਈ ਨੁਕਸਾਨ ਹੋਇਆ? ਨੁਕਸਾਨ ਤਾਂ ਪਤਾ ਲੱਗੇਗਾ ਵੀ ਇਸ ਗਾੜੀ ਕੋ ਉਠਾਏਗੇ ਤਾਂ ਨੁਕਸਾਨ ਤਾਂ ਹੋਇਆ ਹੀ ਰੇਲ ਕਾ। ਨਹੀਂ ਨਹੀਂ, ਐਸਾ ਐਸੀ ਕੋਈ ਘਟਨਾ ਨਹੀਂ। ਅਜੀਤ ਪਾਲ ਜਾ ਰਹੀ ਸੀ, ਲਗਭਗ 20:06 ਪੇ ਜੇ ਮੋਗਾ ਸੇ ਚਲੀ ਹੈ ਔਰ 20:10 ਪੇ ਆਈ ਮੀਨ ਟੂ ਸੇ 8:10 ਪੇ ਜੇ ਸਾਈਟ ਪੇ ਪਹੁੰਚੀ ਹੈ ਔਰ ਇਸਕੇ ਨੀਚੇ ਜੇ ਕੈਟਲ ਆਇਆ, ਕੈਟਲ ਆਨੇ ਕੀ ਵਜ੍ਹਾ ਸੇ ਇਸਕਾ ਪੀਛੇ ਸੇ ਸੈਕੰਡ ਜੋ ਕੋਚ ਹੈ ਵੋ ਡਰੇਲ ਹੋ ਗਿਆ। ਤੋ ਕਿਤਨਾ ਨੁਕਸਾਨ ਹੋਇਆ ਅਭੀ? ਨੁਕਸਾਨ ਅਭੀ ਕੁਛ ਨਹੀਂ ਕਹਿ ਸਕਤੇ ਕਿਉਂਕਿ ਕੈਜੂਅਲਟੀ ਔਰ ਇੰਜਰੀ ਵਗੈਰਾ ਕੁਛ ਨਹੀਂ ਹੋਈ ਹੈ। ਡਰਾਈਵਰ ਹਮਾਰਾ ਅਲਰਟ ਥਾ, ਗਾਰਡ ਵੀ ਅਲਰਟ ਥਾ, ਉਹਨਾਂ ਨੇ ਇਮੀਜੀਏਟਲੀ ਗਾੜੀ ਰੋਕੀ ਹੈ ਔਰ ਕਿਸੇ ਕਿਸਮ ਕਾ ਅਭੀ ਤੱਕ ਕੋਈ ਨੁਕਸਾਨ ਕੀ ਰਿਪੋਰਟ ਨਹੀਂ। ਤੋ ਅਭੀ ਟ੍ਰੈਕ ਕਿਤਨੀ ਦੇਰ ਮੇਂ ਕਲੀਅਰ ਹੋ ਸਕਦਾ? ਟ੍ਰੈਕ ਹਮਾਰੀ ARTI ਪਹੁੰਚ ਰਹੀ ਹੈ ਔਰ ਵੈਰੀ ਸ਼ੋਰਟਲੀ ਹਮ ਇਸਕੋ ਕਲੀਅਰ ਕਰ ਦੇ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ। Audio Jungle।